ਇਹਦੇ ਪਿੱਛੋਂ ਯਿਸੂ ਗਲੀਲ ਦੀ ਅਰਥਾਤ ਤਿਬਰਿਆਸ ਦੀ ਝੀਲੋਂ ਪਾਰ ਚਲਿਆ ਗਿਆ। ਅਤੇ ਵੱਡੀ ਭੀੜ ਉਹਦੇ ਮਗਰ ਹੋ ਤੁਰੀ ਕਿਉਂਕਿ ਉਹਨਾਂ ਨੇ ਉਹ ਨਿਸ਼ਾਨ ਵੇਖੇ ਜਿਹੜੇ ਉਸਨੇ ਰੋਗੀਆਂ ਉੱਤੇ ਵਿਖਾਏ ਸਨ। ਫਿਰ ਯਿਸੂ ਪਹਾੜ ਉੱਤੇ ਚੜ੍ਹਿਆ ਔਰ ਉੱਥੇ ਆਪਣੇ ਚੇਲਿਆਂ ਦੇ ਸੰਗ ਬੈਠ ਗਿਆ। ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ। ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ। ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ? ਪਰ ਉਸਨੇ ਉਹਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ। 100 ਰੁਪਏ ਦੀਆਂ ਰੋਟੀਆਂ ਨਾਲ ਵੀ ਉਹਨਾਂ ਦਾ ਪੂਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਵੀ ਮਿਲੇ। ਉਸਦੇ ਚੇਲਿਆਂ ਵਿੱਚੋਂ ਇੱਕ ਸ਼ਮਾਉਨ ਪਤਰਸ ਦੇ ਭਰਾ ਅੰਦਰਿਆਸ ਨੇ ਉਸ ਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਵਾਂ ਦੀਆਂ 5 ਰੋਟੀਆਂ ਹਨ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ, ਪਰ ਇੰਨਿਆਂ ਲੋਕਾਂ ਲਈ ਇਹ ਕੀ ਹਨ? ਲੋਕਾਂ ਨੂੰ ਬਿਠਾਲ ਦੇਵੋ। ਉਸ ਥਾਂ ਬਹੁਤ ਘਾਹ ਸੀ, ਸੋ ਮਰਦ ਜੋ ਗਿਣਤੀ ਵਿੱਚ 5,000 ਸਨ ਬੈਠ ਗਏ। ਤਦ ਯਿਸੂ ਨੇ ਰੋਟੀਆਂ ਲੈ ਲਈਆਂ ਅਤੇ ਸ਼ੁਕਰ ਕਰਕੇ ਉਹਨਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ। ਪਰ ਉਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਅਤੇ ਜਾਂ ਉਹ ਰੱਜ ਗਏ ਤਾਂ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਬਚਿਆਂ ਹੋਇਆਂ ਟੁਕੜਿਆਂ ਨੂੰ ਇਕੱਠੇ ਕਰੋ ਭਾਈ, ਕੁਛ ਖਰਾਬ ਨਾ ਹੋ ਜਾਵੇ। ਸੋ ਉਹਨਾਂ ਨੇ ਇਕੱਠੇ ਕੀਤੇ ਅਤੇ ਜਵਾਂ ਦੀਆਂ ਉਹਨਾਂ 5 ਰੋਟੀਆਂ ਦੇ ਟੁਕੜਿਆਂ ਨਾਲ ਜਿਹੜੇ ਖਾਣ ਵਾਲਿਆਂ ਤੋਂ ਬਚ ਗਏ ਸਨ 12 ਟੋਕਰੀਆਂ ਭਰ ਦਿੱਤੀਆਂ। ਉਪਰੰਤ ਉਹਨਾਂ ਲੋਕਾਂ ਨੇ ਇਹ ਨਿਸ਼ਾਨ ਜਿਹੜਾ ਉਸਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ। ਸੋ ਜਾਂ ਯਿਸੂ ਨੂੰ ਮਾਲੂਮ ਹੋਇਆ ਜੋ ਉਹ ਮੈਨੂੰ ਬਦੋਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ, ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚਲਿਆ ਗਿਆ।